ਪੰਜਾਬ ਤੋਂ ਜੀ ਤੁਸੀਂ ਪੰਜਾਬ ਤੋਂ ਬੜੇ ਵਲੌਗ ਜੀ ਆ ਜੋ ਏਈ ਅੱਛਾ ਵਾਟਸ ਯੂਰ ਨੇਮ ਮੈਕਸ ਵਾਟ ਆਰ ਯੂਰ ਵਿਊਜ਼ ਅਬਾਊਟ ਦਿਸ ਸ਼ਿਪ ਵਾਟ ਆਰ ਯੂਰ ਵਿਊਜ਼ ਅਬਾਊਟ ਦਿਸ ਸ਼ਿਪ ਪ੍ਰੀਟੀ ਕਮ ਰਿਹਾ ਪਰ ਹੁਣ ਆ ਕੇ ਪਤਾ ਲੱਗਦਾ ਕਿ ਪਰੀਆਂ ਦੇ ਸ਼ਹਿਰ ਆਏ ਆ ਜਿੱਥੋਂ ਬ੍ਰਿਜ ਚੱਕਿਆ ਜਾਂਦਾ ਟਾਵਰ ਬ੍ਰਿਜ ਜਦੋਂ ਵੱਡਾ ਸ਼ਿਪ ਲੰਘਦਾ ਆ ਤਾਂ ਇੱਥੋਂ ਜਿਹੜਾ ਆ ਬ੍ਰਿਜ ਫੋਲਡ ਹੋ ਜਾਂਦਾ ਬਹੁਤ ਵੱਡਾ ਉੱਧਰਲੇ ਪਾਸੇ ਕੋਹੇ ਨੂਰ ਆ ਅਤੇ ਉੱਧਰ ਵੀ ਕਿਊ ਬਹੁਤ ਵੱਡੀ ਆ ਕੋਸ਼ਿਸ਼ ਕਰਦੇ ਹਾਂ ਜਾਣ ਦੀ ਲੇਕਿਨ ਕਿਊ ਬਹੁਤ ਵੱਡੀ ਨਜ਼ਰ ਆ ਰਹੀ ਹੈ ਤਾਂ ਲਓ ਜੀ ਆਹ ਲੋਕੇਸ਼ਨ ਹੈ ਜਿੱਥੇ ਗਾਣਾ ਬਣਿਆ ਕਹਿੰਦੇ ਕਿ ਘੰਟੀ ਬਿਗ ਬੈਨ ਵੀ ਪੂਰਾ ਲੰਡਨ ਠੁਮਕਦਾ ਆਹ ਜਿਹੜਾ ਮਾਹੌਲ ਚੈੱਕ ਕਰੋ ਤਾਂ ਲਓ ਜੀ ਭਾਅ ਜੀ ਨੇ ਦੱਸਿਆ ਕਿ ਇਹਨਾਂ ਦੀ ਪਾਰਲੀਮੈਂਟ ਹੈ ਪਿੱਛੇ ਬਿਗ ਬੈਨ ਆ ਔਰ ਇੱਥੇ ਜਿਹੜੇ ਰੂਲਸ ਬਣਦੇ ਆ ਬਹਿਸ ਵੀ ਹੁੰਦੀ ਹੈ ਪਰ ਇੱਥੇ ਫਰਕ ਮੇਰੇ ਖਿਆਲ ਲੱਕੀ ਭਾਅ ਜੀ ਇੰਨਾ ਗਿਆ ਇੱਥੇ ਫਰੀਡਮ ਆਫ ਸਪੀਚ ਹੈਗੀ ਆ ਹੈਗੀ ਆ ਬਈ ਹੁਣ ਆ ਕੇ ਲੱਗ ਰਿਹਾ ਕਿ ਯੂਕੇ ਆਏ ਆ ਸਪੈਨੀਅਨ ਸਪੈਨੀਅਨ ਪਬਲਿਕ ਸਪੈਨੀਅਨ ਵੀ ਇੱਥੋਂ ਦੀ ਪੁਲਿਸ ਬਹੁਤ ਸਵੀਟ ਹੈ ਹੱਸ ਕੇ ਗੱਲਾਂ ਕਰਦੀ ਆ ਹੱਥ ਨੇ ਲੱਕ ਤੇ ਇੰਡੀਆ ਵਾਲੇ ਵਾਂਗਰ ਹੀ ਆ ਪਰ ਗੁੱਸੇ ਨਹੀਂ ਹੋ ਰਿਹਾ ਨਹੀਂ ਉਹਨਾਂ ਕਹਿੰਦਾ ਗੱਡੀ ਸਾਈਡ ਤੇ ਲਾਹਾਂ ਜਰਾ ਫ੍ਰੈਂਡਲੀ ਆ ਚੈੱਕ ਕਰਾ ਜਰਾ ਆਪਣੇ ਕਾਜਕ ਇਹਨਾਂ ਨੇ ਤਾਂ ਨਹੀਂ ਕਿਹਾ ਕਾਜਕ ਚੈੱਕ ਕਰੋ ਨਹੀਂ 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 ਕਿਹਾ ਲੰਡਨ ਦੀ ਅੱਖ ਲੰਡਨ ਦੀ ਆਖ ਉਹਦੇ ਕੋਲ ਪਹੁੰਚ ਗਏ ਆ ਔਰ ਪੂਰੀ ਦੁਨੀਆ ਤੋਂ ਵਿਜ਼ਿਟਰਸ ਇੱਥੇ ਪਹੁੰਚੇ ਹੋਏ ਆ ਦੇਖ ਹੈਰਾਨ ਆ ਇੱਥੇ ਵੀ ਆ ਗੋਰੀ ਬੀਬੀ ਪੀਬੀ ਬੱਤੀ ਨਵਾਂ ਸ਼ਹਿਰ ਬਹੁਤ ਦੇਖਦੀ ਆ ਕਹਿੰਦੀ ਹਾਈਵੇ ਸੂਰੀ ਮੈਨੂੰ ਤੁਹਾਨੂੰ ਲੋਕੇਸ਼ਨ ਦਿਖਾਣੇ ਕਿੱਥੇ ਬਹੁਤ ਸਾਰੇ ਪੰਜਾਬੀ ਗਾਣੇ ਸ਼ੂਟ ਹੁੰਦੇ ਆ ਖਾਸ ਕਰਕੇ ਪਿੱਛੇ ਜੇ ਨਿਮਰਤ ਖੈਰਾ ਦਾ ਗਾਣਾ ਮੈਂ ਦੇਖਿਆ ਜਿੱਥੇ ਸ਼ੂਟ ਹੋਇਆ ਦੇਖੋ ਨਾ ਜਰਾ ਹਾਊ ਮੱਚ ਪ੍ਰੈਕਟਿਸ ਡੂ ਯੂ ਡੂ ਆ ਹੈ ਜੀ ਲੰਡਨ ਦਾ ਸਭ ਤੋਂ ਮਸ਼ਹੂਰ ਚੌਂਕ ਇੱਥੇ ਗੋਰੇ ਕਾਲੇ ਬਰਾਊਨ ਸਾਰੇ ਰਲ ਮਿਲ ਕੇ ਬਹਿੰਦੇ ਆ ਫਨ ਕਰਦੇ ਇੱਥੇ ਪਿੱਛੇ ਜਿਹੜੀ ਸਕਰੀਨ ਲੱਗੀ ਆ ਹਾਂਜੀ ਇੱਥੇ ਸਿੱਧੂ ਮੂਸੇ ਵਾਲੇ ਨੂੰ ਪ੍ਰਮੋਟ ਕੀਤਾ ਗਿਆ ਸੀ ਹਾਂਜੀ ਮੇਰੇ ਖਿਆਲ ਇੱਥੇ ਸੀਗੀ ਇੱਕ ਵਾਰੀ ਤੇ ਸ਼੍ਰੀ ਅਕਾਲ ਨਵਾਂ ਸ਼ਹਿਰ ਵਾਲਿਓ ਤੁਸੀਂ ਬਲੌਗਸ ਨੂੰ ਬਹੁਤ ਪਿਆਰ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਆਓ ਅੱਜ ਆਪਾਂ ਟਾਵਰ ਬ੍ਰਿਜ ਵੱਲ ਚੱਲਦੇ ਹਾਂ ਆਓ ਚਲੀਏ ਤਾਂ ਲਓ ਜੀ ਲੰਡਨ ਬ੍ਰਿਜ ਦੇ ਨੇੜੇ ਤੇੜੇ ਪਹੁੰਚ ਗਏ ਹਾਂ ਔਰ ਸਾਹਮਣੇ ਤੁਹਾਨੂੰ ਸ਼ਿਪ ਨਜ਼ਰ ਆ ਰਿਹਾ ਇਹ ਫਸਟ ਵਰਲਡ ਵਾਰ ਵਿੱਚ ਯੂਜ਼ ਕੀਤਾ ਗਿਆ ਸੀ ਇਹਦਾ ਨਾਮ ਹੈ HMS ਬੈਲਫਾਸਟ HMS ਬੈਲਫਾਸਟ ਇਹਦਾ ਨਾਮ ਹੈ ਔਰ ਜਿਹੜੇ ਟੂਰਿਸਟ ਇੱਥੇ ਆਉਂਦੇ ਆ ਉਹਨਾਂ ਲਈ ਇਹ ਬਹੁਤ ਵੱਡੀ ਅਟਰੈਕਸ਼ਨ ਹੈ ਅੰਦਰ ਜਾ ਕੇ ਲੋਕ ਦੇਖ ਸਕਦੇ ਆ ਤਾਂ ਆਪਣੀਆਂ ਪੁਰਾਣੀਆਂ ਚੀਜ਼ਾਂ ਇਹਨਾਂ ਨੇ ਇੱਦਾਂ ਸਾਂਭ ਕੇ ਰੱਖੀਆਂ ਹੋਈਆਂ ਔਰ ਦੇਖੋ ਤੁਸੀਂ ਜਿੰਨੇ ਵੀ ਟੂਰਿਸਟ ਆ ਰਹੇ ਆ ਸਾਰੇ ਫੋਟੋ ਕਲਿੱਕ ਕਰ ਰਹੇ ਆ ਆ ਛੋਟਾ ਬੱਚਾ ਵੀ ਕਰ ਰਿਹਾ ਏਈ ਅੱਛਾ ਵਾਟਸ ਯੂਰ ਨੇਮ ਮੈਕਸ ਵਾਟ ਆਰ ਯੂਰ ਵਿਊਜ਼ ਅਬਾਊਟ ਦਿਸ ਸ਼ਿਪ ਵਾਟ ਆਰ ਯੂਰ ਵਿਊਜ਼ ਅਬਾਊਟ ਦਿਸ ਸ਼ਿਪ ਪ੍ਰੀਟੀ ਕੂਲ ਪੀਪਲ ਟੈਲ ਦੈਟ ਦਿਸ ਸ਼ਿਪ ਵਾਸ ਯੂਜ਼ਡ ਇਨ ਫਸਟ ਵਰਲਡ ਵਾਰ ਡੂ ਯੂ ਹੈਵ ਐਨੀ ਆਈਡੀਆ ਅਬਾਊਟ ਦੈਟ I don't really know. So you're clicking the photo to show to your friends? Yeah. Okay. Thank you. Thank you, Max. Yeah. Take care. Thank you. ਦੋਸਤੋ ਪਹਿਲਾਂ ਜਦ ਟਾਵਰ ਬ੍ਰਿਜ ਦੇ ਉੱਤੇ ਚੜ੍ਹਦੇ ਹਾਂ ਹਵਾ ਦੇ ਜਿਹੜੇ ਬੁੱਲੇ ਆ ਤੁਹਾਡੀਆਂ ਗੱਲਾਂ ਨੂੰ ਟੱਚ ਕਰਦੇ ਆ ਤਾਂ ਮਨ ਖੁਸ਼ ਹੋ ਜਾਂਦਾ ਤੇ ਉਸ ਤੋਂ ਬਾਅਦ ਉੱਪਰ ਚੜ੍ਹ ਕੇ ਇੱਦਾਂ ਸੜਕ ਹੈ ਤੇ ਸੋਹਣੀਆਂ ਸੋਹਣੀਆਂ ਗੋਰੀਆਂ ਆ ਹੁਣ ਪਹਿਲਾਂ ਤਾਂ ਮੈਂ ਬ੍ਰੈਡਫੋਰਡ ਰਿਹਾ ਬਰਮਿੰਘਮ ਰਿਹਾ ਪਰ ਹੁਣ ਆ ਕੇ ਪਤਾ ਲੱਗਦਾ ਕਿ ਪਰੀਆਂ ਦੇ ਸ਼ਹਿਰ ਆਏ ਆ ਕਮਾਲ ਔਰ ਦੇਖੋ ਕਿਵੇਂ ਪੂਰੀ ਦੁਨੀਆ ਤੋਂ ਲੋਕ ਇੱਥੇ ਆਉਂਦੇ ਆ ਲੰਡਨ ਬ੍ਰਿਜ ਦੇਖਣ ਦੇ ਲਈ ਤਾਂ ਲੱਕੀ ਭਾਅ ਜੀ ਦੀ ਗੱਲ ਤੇ ਮੋਹਰ ਲੱਗ ਗਈ ਆ ਇਹਦਾ ਨਾਮ ਲੰਡਨ ਬ੍ਰਿਜ ਨਹੀਂ ਆ ਟਾਵਰ ਬ੍ਰਿਜ ਆ ਲੱਕੀ ਭਾਅ ਜੀ ਦੀ ਗੱਲ ਤੇ ਮੋਹਰ ਲਾ ਦਿਓ ਤਾਂ ਆ ਜੀ ਜਗ੍ਹਾ ਜਿੱਥੋਂ ਬ੍ਰਿਜ ਚੱਕਿਆ ਜਾਂਦਾ ਟਾਵਰ ਬ੍ਰਿਜ ਜਦੋਂ ਵੱਡਾ ਸ਼ਿਪ ਲੰਘਦਾ ਆ ਤਾਂ ਇੱਥੋਂ ਜਿਹੜਾ ਆ ਬ੍ਰਿਜ ਫੋਲਡ ਹੋ ਜਾਂਦਾ ਲੰਘ ਸਕਦਾ ਪਾਣੀ ਦੇਖੋ ਕਿੰਨਾ ਸਾਫ਼ ਹੈ ਔਰ ਆਮ ਲੋਕਾਂ ਲਈ ਇੱਥੇ ਆਉਣਾ ਫ੍ਰੀ ਹੈ ਕੋਈ ਚਾਰਜਸ ਨਹੀਂ ਆ ਲੇਕਿਨ ਜੇਕਰ ਤੁਸੀਂ ਟਾਵਰ ਦੇ ਉੱਤੇ ਜਾਣਾ ਫਿਰ ਟਿਕਟ ਲੱਗਦੀ ਹੈ ਪਰ ਉਹਦੇ ਲਈ ਕਿਊ ਬਹੁਤ ਵੱਡਾ ਉੱਧਰਲੇ ਪਾਸੇ ਕੋਹੇ ਨੂਰ ਆ ਅਤੇ ਉੱਧਰ ਵੀ ਕਿਊ ਬਹੁਤ ਵੱਡੀ ਆ ਕੋਸ਼ਿਸ਼ ਕਰਦੇ ਹਾਂ ਜਾਣ ਦੀ ਲੇਕਿਨ ਕਿਊ ਬਹੁਤ ਵੱਡੀ ਨਜ਼ਰ ਆ ਰਹੀ ਹੈ ਜੇ ਮੌਕਾ ਮਿਲਿਆ ਤਾਂ ਉੱਥੋਂ ਵੀਡੀਓ ਦਿਖਾਵਾਂਗੇ
देखो नवा शहर वाले नज़ारे साढ़े सतलुज दरिया भी इदा हो सकता जे माड़ा जहा सरकार सोचन अपने बंद भी रोजगार मिल सकते हैं। मारो मारो हाथ। इनू कहिंदे आ जी लंडन की ट्यूब, काली गुफा च ज्यों बिजली दौड़ती हुंदी आ इउं स्पीडां नाल चलदी आ, फटके खड़ जाइए कि डिग ना जाइए। लो जी आ लोकेशन है जिथे गाना बनया, कहिंदे कि घंटी बिग बैन की पूरा लंडन ठुमकदा। आ देखो ये घंटी बिग बैन की, इत्थों लंडन पूरा ठुमकदा। देखो तो जरा माहौल चेक करो, है ठुमकन वाला माहौल कि नहीं। ਭਾਈ ਤਾਂ ਪੁੱਛਦੇ ਆ ਕਿਹੜੀ ਜਗ੍ਹਾ ਆ, ਕਿਹੜੀ ਲੋਕੇਸ਼ਨ ਹੈ ਭਾਜੀ, ਕਿਹੜੀ ਲੋਕੇਸ਼ਨ ਹੈ ਜੀ? ਜੀ ਇੰਗਲੈਂਡ ਦੀ ਪਾਰਲੀਮੈਂਟ ਹਾਊਸ, ਜਿੱਥੇ ਇਹਨਾਂ ਦੀ ਗਵਰਨਮੈਂਟ ਸਾਰੀ ਮਿਨਿਸਟਰੀ ਆ ਕੇ ਬਹਿੰਦੀ ਆ, ਜੋ ਵੀ ਫੈਸਲੇ ਲੈਂਦੀ ਆ ਇੰਗਲੈਂਡ ਦੇ। ਫਿਰ ਆਪਣੇ ਇੰਡੀਆ ਵਾਂਗਰੋ ਵੀ ਇੱਕ ਦੂਜੇ ਤੇ ਆਰੋਪ ਲੱਗਦੇ ਆ? ਬਿਲਕੁਲ ਲੱਗਦੇ, ਇੱਥੇ ਵੀ ਡਿਬੇਟ ਹੁੰਦੀ ਆ, ਪੂਰੀ ਤਿੱਖੀ ਹੁੰਦੀ ਆ, ਤਿੱਖੀ ਹੁੰਦੀ ਆ, ਕਦੇ ਕਦੇ ਦੇਖੋ ਟੀਵੀ 'ਚ ਲਾਈਵ ਕਾਫੀ ਹੁੰਦੀ ਆ। ਓਕੇ ਲਓ ਜੀ, ਭਾਜੀ ਨੇ ਦੱਸਿਆ ਕਿ ਇਹਨਾਂ ਦੀ ਪਾਰਲੀਮੈਂਟ ਹੈ, ਪਿੱਛੇ ਬਿਗ ਬੈਨ ਆ, ਔਰ ਇੱਥੇ ਜਿਹੜੇ ਰੂਲਸ ਬਣਦੇ ਆ ਬਹਿਸ ਵੀ ਹੁੰਦੀ ਆ, ਪਰ ਇੱਥੇ ਫਰਕ ਮੇਰੇ ਖਿਆਲ ਲੱਕੀ ਭਾਜੀ ਇੰਨਾ ਗਿਆ, ਇੱਥੇ ਫਰੀਡਮ ਆਫ ਸਪੀਚ ਹੈਗੀ ਆ, ਹੈਗੀ ਆ ਬਈ। ਹੁਣ ਆ ਕੇ ਲੱਗ ਰਿਹਾ ਕਿ ਯੂਕੇ ਆਏ ਆ, ਇੰਗਲੈਂਡ ਆਏ ਆ, ਪਹਿਲਾਂ ਨਹੀਂ ਸੀ ਬਹੁਤਾ ਮਹਿਸੂਸ ਹੁੰਦਾ। ਤਾਂ ਇੱਥੇ ਦੇਖੋ ਹੋਸਟਲ ਦਾ ਓਏ ਡੂਇੰਗ ਓਏ ਡੂਇੰਗ ਪਾਨੀ 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 ਮਾਇਓਰਕਾ, ਵੀ ਆਰ ਫਰਮ ਇੰਡੀਆ। ਇੰਡੀਆ ਵਾਈ ਗੁੱਡ ਕੰਟਰੀ, ਹੈਵ ਯੂ ਐਵਰ ਟ੍ਰੈਵਲ ਟੂ ਇੰਡੀਆ? No, India. Come India, we will give you good hospitality. Okay. Thank you. Hello. Hello. No. Any your word? Spanish, Islas Baleares. Islas Baleares. Palma de Mallorca. Palma de Mallorca. Baleares. Palma de Mallorca. What does it mean? My name. No. Any word in your language, native language, I want to convey to my audience. Any nice word. Say hello in your language. Español. Yeah. Español. 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 Español public. Español. Spanish. Thank you. Thank you. भई इतों की पुलिस बहुत स्वीट है, हंस के गल्ला करती है। ठीक है भाजी, की कहते हैं? की ਮੈਂ ਕਿਹਾ ਸ਼ਾਮ ਹੋ ਗਈ, ਪਰ ਹੱਸ ਕੇ ਗੱਲਾਂ ਕਰਦੇ, ਗੁੱਸੇ 'ਚ ਨਹੀਂ ਆ? ਨਹੀਂ, ਗੁੱਸੇ 'ਚ ਨਹੀਂ ਹੈਗੇ। ਉਹ ਕਹਿੰਦੇ ਕਿ ਅਸੀਂ ਵੀਡੀਓ 'ਚ ਨਹੀਂ ਆ ਸਕਦੇ, ਅਤੇ ਉੱਦਾਂ ਤੁਸੀਂ ਸਾਡੀ ਵੀਡੀਓ ਬਣਾ ਸਕਦੇ। ਉੱਦਾਂ ਜਿਹੜਾ ਵਿਚਲਾ ਆ, ਥੋੜ੍ਹਾ ਭਾਰਾ ਆ ਰੱਖਿਆ ਹੱਥ ਨੇ, ਲੱਕ 'ਤੇ ਇੰਡੀਆ ਵਾਲੇ ਵਾਂਗਰੋਂ ਹੀ ਆ, ਪਰ ਗੁੱਸੇ ਨਹੀਂ ਹੋ ਰਿਹਾ। ਨਹੀਂ ਉਹਨਾਂ ਕਹਿੰਦਾ ਗੱਡੀ ਸਾਈਡ 'ਤੇ ਲਾ ਹਾਂ ਜਰਾ, ਫਰੈਂਡਲੀ ਆ, ਚੈੱਕ ਕਰਾ ਜਰਾ ਆਪਣੇ ਕਾਜਕ। ਇਹਨਾਂ ਨੇ ਤਾਂ ਨਹੀਂ ਕਿ ਕਾਜਕ ਚੈੱਕ ਕਰਾਓ? ਨਹੀਂ ਨਹੀਂ ਕਿਹਾ। ਚਲੋ ਤੁਸੀਂ ਭਾਜੀ ਮਾੜੇ ਸਮਝਾਇਓ, ਇੱਥੇ ਕੀ ਹੋਇਆ ਸੀਗਾ ਕੁਈਨਸ ਦਾ? ਜਗ੍ਹਾ ਦਾ ਨਾਮ ਹੈਗਾ ਵੈਸਟਮਿੰਸਟਰ ਐਬੇ, ਜਦੋਂ ਇੰਗਲੈਂਡ ਦੀ ਰਾਣੀ ਪੂਰੀ ਹੋਈ ਸੀ ਤਾਂ ਇੱਥੇ ਉਹਨਾਂ ਨੂੰ ਰੱਖਿਆ ਹੋਇਆ ਸੀ। ਤਾਂ ਵਰਲਡ ਤੋਂ ਲੋਕ ਦੇਖਣ ਆਉਂਦੇ ਸੀ, ਬਹੁਤ ਲੰਮੀਆਂ ਲੰਮੀਆਂ ਕਿਊ ਲੱਗੀਆਂ ਹੋਈਆਂ ਸੀ, ਤਿੰਨ ਤਿੰਨ ਚਾਰ ਚਾਰ ਘੰਟੇ, ਪੰਜ ਪੰਜ ਘੰਟੇ ਵੀ ਲੱਗਦੇ ਸੀਗੇ ਅਤੇ ਦੇਖਣ ਨੂੰ। ਜਿੱਥੇ ਮਤਲਬ ਜਿਹੜੀ ਰਾਣੀ ਆ ਹਰਮਨ ਪਿਆਰੀ ਸੀ, ਬਿਲਕੁਲ ਬਹੁਤ ਪਿਆਰੀ ਸੀਗੀ, ਅਤੇ ਹੁਣ ਵੀ ਇੱਥੇ ਜਿਹੜਾ ਕਿੰਗ ਦਾ ਤਾਜਪੋਸ਼ੀ ਹੋਈ ਆ, ਕੋਰਨੇਸ਼ਨ ਹੋਈ ਆ, ਉਹ ਵੀ ਇੱਥੇ ਹੋਇਆ ਸੀ। ਜੋ ਵੀ ਇਹ ਜਿਹੜੇ ਕਿੰਗ ਦੀ ਫੈਮਿਲੀ ਜਾਂ ਕੁਈਨ ਦੀ ਫੈਮਿਲੀ, ਜਿਹੜਾ ਵੀ ਫੰਕਸ਼ਨ ਹੁੰਦਾ ਉਹ ਇੱਥੇ ਹੀ ਕਰਦੇ ਆ ਜਾ ਕੇ ਇਹਨਾਂ ਦੇ ਵਿੱਚ। ਵੈਸਟਮਿੰਸਟਰ ਐਬੇ ਆ ਇਹਨੂੰ ਕਹਿੰਦੇ ਆ। ਠੀਕ ਹੈ, ਤੁਸੀਂ ਆਲੇ ਦੁਆਲੇ ਦੇਖੋ ਕਿੰਨੀ ਜੀ ਜੀ ਕਰਾਊਡ ਕਿੰਨਾ ਔਰ ਗ੍ਰੀਨਰੀ ਕਿੰਨੀ ਆ, ਸਾਫ਼ ਸੁਥਰਾ ਕਿੰਨਾ ਭਾਜੀ। ਤਾਂ ਇੱਥੇ ਲੋਕ ਕੇਅਰ ਕਰਦੇ ਆ, ਆਪ ਸਾਫ਼ ਸੁਥਰਾ ਰੱਖਦੇ ਆ। ਬਿਲਕੁਲ ਜੀ, ਤਾਂ ਦੇਖੋ ਇੱਥੇ ਖੜ੍ਹੇ ਆ ਅਤੇ ਪੁਲਿਸ ਕੋਪਸ, ਪਰ ਲੋਕੀ ਆ ਕੇ ਰਾਹ ਪੁੱਛਦੇ ਆ, ਤਾਂ ਇਹ ਰਾਹ ਵੀ ਦੱਸੀ ਜਾਂਦੇ, ਹੱਸ ਹੱਸ ਕੇ ਦੱਸੀ ਜਾਂਦੇ ਆ, ਪਰੇਸ਼ਾਨ ਨਹੀਂ ਹੋ ਰਹੇ। ਪੰਜ ਪੰਜ ਮਿੰਟ ਬਾਅਦ ਕੋਈ ਨਾ ਕੋਈ ਆ ਕੇ ਪੁੱਛੀ ਜਾਂਦਾ, ਅਤੇ ਹੱਸ ਕੇ ਦੱਸੀ ਜਾਂਦੇ, ਭਾਜੀ ਇੱਧਰ ਚਲੇ ਜਾਓ, ਭਾਜੀ ਉੱਧਰ ਚਲੇ ਜਾਓ, ਭਾਜੀ ਇਹਨੂੰ ਕਰ ਲਓ, ਭਾਜੀ ਉਹਨੂੰ ਕਰ ਲਓ, ਪਰ ਅਸੀਂ ਵੀਡੀਓ 'ਚ ਨਹੀਂ ਆਉਣਾ। ਰੰਗਲੀ ਦੁਨੀਆ ਤੋਂ ਜੀ ਨਹੀਂ ਜਾਣ ਨੂੰ ਕਰਦਾ। ਆਏ ਵੇ, ਖਾਸ ਗੱਲ ਇੱਕ ਇਹ ਆ ਕਿ ਇੱਥੇ ਲੋਕ ਸਾਈਕਲਿੰਗ ਨੂੰ ਬਹੁਤ ਪਸੰਦ ਕਰਦੇ ਆ, ਸਾਈਕਲ ਤਾਂ ਭਜਾਈ ਫਿਰਦੇ ਆ ਇੱਥੇ। ਲਓ ਜੀ ਆਹ ਵੇਖੋ ਸਾਈਕਲ ਵਾਲੇ। ਲਓ ਜੀ ਘੁੰਮਦੇ ਘੁੰਮਦੇ ਪਹੁੰਚ ਗਏ ਹਾਂ ਲੰਡਨ ਆਈ, ਲੰਡਨ ਦੀ ਅੱਖ।
लंडन की आंख उहदे कोल पहुंच गए हैं और पूरी दुनिया तो विजिटर्स इत्थे पहुंचे हुए हैं। देखो इस समय विजिटर विजिटर ही इत्थे सारे सारे इंजॉय कर रहे हैं और पिछे तुहानू आ कलाकृति जिहड़ी नज़र आ रही है बिग बैंग कई सौ साल पुरानी कलाकृति है मीनाकारी की हुई है और हाले तक इन्होंने सामभी हुई है ढा के दोबारा नहीं बनाई और इनू देख के तो मैं इंडिया के मुंबई के ताज होटल की याद आ गई वो भी कुछ इदा का लग रहा है। लंडन आई पूरी तबाही भाजी इतने जो हम माहौल है ज़्यादा विजिटर से या कि इतने के लोकल लोग आ ज़्यादातर मोस्टली 70% विजिटर ही आते हम जिदा वीकेंड है अच्छ फ्राइडे सैटरडे संडे सारा मोस्टली विजिटर आते पर इस वे कमां वाले भी आते हैं कम छड़ के कई बार ट्रेक के हिसाब ना शुक्र शनि है तो रश हों हाँ ये तीन दिन तो बहुत रश हों तो जी पिछे बिल्डिंग है किन्ने साल पुरानी भाजी एग्जैक्ट डेट तो हम मैं पता नहीं किन्ने साल पुरानी है कि सुनते ही है कि बहुत पुरानी है और काफ़ी टाइम तो पुरानी है इन्नी हजे नॉलेज नहीं मेरे भी किन्नी पुरानी है मैं हैरान हाँ इतने भी आ गोरी बीबी पीबी बत्ती नवांशहर बहुत देखती है कहती हाईवे सूरी मैंने ब्लॉक च लै ला मैं क्या आ जा फिर ले लिया लो जी चलते चलते साडा काफिला पहुंच गया ट्रैफिकलर स्क्वेयर इतने देखो शेर के कोल आके लोग वीडियोस बनाते और वैसे भी इन्हों कबूतर वाला चौंक कहा जाता है और पिछे कैनेडा हाउस इतने शाम को बहुत सारे लोग टाइम स्पेंड कर आते हैं वक्ो वक् कंट्रीज तो लोग इतने आके तस्वीर खिचाते फैगलर स्केयर तुम्हें लोकेशन दिखाने के इतने बहुत सारे पंजाबी गाने शूट होते हैं खास करके पिछले निमरत खैरा का गाना मैं देखा जितने शूट हो आ है जी लंडन का सब तो मशहूर चौंक इत्थे गोरे काले ब्राउन सारे रल मिल के बहिंदे आ फन करदे आ सामने जिहड़ी स्क्रीन तुहानू नज़र आ रही है इत्थे सिद्धू मूसे वाले की भी जिहड़ी तस्वीर लाई गई सी उहनू ट्रिब्यूट दिता गया सीगा मैं क्या बीबी गोरी हसी कल जानी आ तैनू गाने च रोल दे देना फिर कहिंदी हाँ तुसीं पीबत्ती वाले नहीं मैं क्या पीबत्ती वाले हाँ कहिंदी मैं देखदी हुंनी आ जी आ भाई आ जिन्हां ने परफॉर्म कीता नहीं पाया Oh, assalamu alaikum. Yes, yes. Habibi, yes, where are you from? Sat Sri Akal. Where? Sat Sri Akal. Nice performance, brother. Thank you, brother. मैनू तो बहुता ज्ञान नहीं इन्हें रोड्स का फिर भी लक्की भाजी हर जगह घुमाई जाते हैं साडा नैविगेशन का लक्की भाजी बने हुए अज भाजी एक लोकेशन की कहें पिछली सर्कस जगह इंग्लैंड की बड़ा बहुत टूरिस्ट वो आते हैं देखने तुम देख सकते हो कि रौनक लगी हुई है अच्छा पिछले जी स्क्रीन लगी है एक सिद्धू मूसे वाले ट्रिब्यूट की हाँ जी मेरे ख्याल इतनी एक बारी दी इन्होंने पिक्चर ला के सब तो मेन अट्रैक्शन यही यही है सारिया मुद्दा तो मेन ही है पर इतने भी ज्यादा आके पंजाबी गाने की बहुत शूटिंग होती है बहुत बिल्कुल सारे गाने की शूटिंग हेलो जी जाते जाते लंदन की यादगार भी लै ली दुबई जाने उन्हें उतो यादगार ले दी है इतों भी लै ली आ सारे लंदन दे डिजाइनर शॉपा आ जिन्या भी है बड़े बड़े ब्रांड है ना नॉर्थ बर्बरी बर्बरी अगे आ रहे नाल दो नहीं आप इधर तो ज्यादा शॉपा ही है ना इधर ला पॉर्श एरिया शॉप्स ली
ਤੁਸੀਂ ਵੱਡੇ ਵੱਡੇ ਬ੍ਰਾਂਡਸ ਦੇ ਕੱਪੜੇ ਲੈਣੇ ਜਿਹੜੇ ਲੱਖਾਂ ਦੀ ਜਿਹਨਾਂ ਦੀ ਵੈਲਿਊ ਆ ਉਹ ਆ ਜਾਂਦਾ ਜੀ। ਤਾਂ ਜਿੰਨੇ ਵੀ ਨਿੱਕੇ ਵੱਡੇ ਛੋਟੇ ਵੀਰ ਭੈਣ ਭਰਾ ਉਹ ਦੇਖਣ ਜਿਹੜੇ ਇੱਥੇ ਨਹੀਂ ਪਹੁੰਚ ਸਕਦੇ ਬਲੌਗ ਸਿਰਫ ਉਹਨਾਂ ਨੂੰ ਲੰਡਨ ਸਟਰੀਟਸ ਦਿਖਾਉਣ ਦਾ ਮਕਸਦ ਇਹੀ ਹੈ ਕਿ ਜਿਹੜੇ ਨਹੀਂ ਆਏ ਉਹ ਪੀਵੀ ਬੱਤੀ ਦੇ ਜ਼ਰੀਏ ਇੰਜੋਏ ਕਰ ਸਕਣ ਘਰ ਬਹਿ ਕੇ। ਤਾਂ ਦੇਖੋ ਕਿਵੇਂ ਆਪਣੇ ਦੇਸ਼ ਨੂੰ ਪਿਆਰ ਕਰਦੇ, ਦੇਖੋ ਕਿਵੇਂ ਆਪਣੇ ਦੇਸ਼ ਦੇ ਝੰਡੇ ਇਹਨਾਂ ਨੇ ਪੂਰੀ ਸਟਰੀਟ 'ਚ ਲਾਏ ਹੋਏ ਆ। ਤਾਂ ਆਪਣੇ ਦੇਸ਼ 'ਚ ਵੀ ਸਾਨੂੰ ਆਪਣੇ ਝੰਡੇ ਦਾ ਸਤਿਕਾਰ ਕਰਨਾ ਚਾਹੀਦਾ, ਸਾਡੇ ਸ਼ਹੀਦਾਂ ਦਾ, ਸਾਡੇ ਸੋਲਜਰਸ ਦਾ, ਸਾਡੇ ਮਾਰਟੀਅਰਸ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ। ਆਹ ਹੈ ਲੰਡਨ ਦੀ ਡੂੰਘੀ ਚੱਲਦੀ ਪੌੜੀ ਐਸਕਲੇਟਰ। ਇਹਦੀ ਖਾਸ ਗੱਲ ਇਹ ਹੈ ਕਿ ਜਿਹਨਾਂ ਲੋਕਾਂ 'ਚ ਸਬਰ ਆ ਉਹ ਸੱਜੇ ਪਾਸੇ ਖੜ੍ਹ ਜਾਂਦੇ ਆ, ਜਿਹਨਾਂ ਨੂੰ ਕਾਹਲੀ ਆ ਉਹ ਭੱਜ ਕੇ ਹੋ ਲੈਂਦੇ ਆ। ਤਾਂ ਲਓ ਜੀ ਹੁਣ ਅਸੀਂ ਪਹੁੰਚ ਗਏ ਹਾਂ ਬਰਕਿੰਗਮ ਪੈਲਸ ਜਿੱਥੇ ਕੁਈਨ ਐਲਿਜ਼ਾਬੈਥ ਰਹਿੰਦੀ ਸੀ, ਔਰ ਇੱਥੇ ਬਹੁਤ ਸਾਰੇ ਵਿਜ਼ਿਟਰ ਪਹੁੰਚੇ ਹੋਏ ਆ ਜਿਹੜੇ ਸਾਡੇ ਵਾਂਗ ਵੀਡੀਓਜ਼ ਕੈਪਚਰ ਕਰ ਰਹੇ ਆ। ਤੁਸੀਂ ਆਲੇ ਵਾਲੇ ਫੁੱਲ ਦੇਖੋ ਕਿੰਨੇ ਸੋਹਣੇ ਆ, ਫੁੱਲਾਂ 'ਚੋਂ ਫੁੱਲ ਗੁਲਾਬ ਦਾ, ਫੁੱਲਾਂ 'ਚੋਂ ਫੁੱਲ ਗੁਲਾਬ ਦਾ। ਔਰ ਮੈਨੂੰ ਮੋਹ ਬੜਾ ਆਉਂਦਾ ਹੈ ਪੰਜਾਬ ਦਾ। ਤਾਂ ਇਹ ਬਰਕਿੰਗਮ ਪੈਲਸ ਇੱਥੋਂ ਦੇ ਰਾਜਿਆਂ ਦਾ ਘਰ ਕਿਹਾ ਜਾਂਦਾ ਜੀ ਇਹਨੂੰ। ਤਸਵੀਰਾਂ ਦੇਖ ਲਓ, ਇਹ ਉਹ ਪੈਲਸ ਹੈ ਕੁਈਨ ਦਾ ਜਿੱਥੇ ਆਜ਼ਾਦੀ ਤੋਂ ਪਹਿਲਾਂ ਸਾਡੀ ਕਿਸਮਤ ਲਿਖੀ ਗਈ ਅਤੇ ਵੰਡ ਵੀ ਹੋ ਗਈ। ਪਰ ਖੈਰ ਇਹਨਾਂ ਨੇ ਆਪਣੇ ਦੇਸ਼ ਨੂੰ ਸਾਂਭ ਕੇ ਰੱਖਿਆ, ਅਸੀਂ ਇਹ ਗੱਲ ਭੁੱਲ ਗਏ ਅਤੇ ਇਹਨਾਂ ਮਗਰ ਲੱਗ ਕੇ ਲੜੀ ਗਏ। ਹੁਣ ਵੀ ਲੀਡਰ ਕੀ ਕਰਦੇ ਆ, ਸਾਨੂੰ ਪਾੜ ਕੇ ਰਾਜ ਕਰਦੇ। ਤਾਂ ਸਮਝੀਏ ਸਮਝੀਏ। ਤਾਂ ਇੱਕ ਵਾਰੀ ਨੇੜੇ ਤੋਂ ਵਿਊ ਵੀ ਦੇਖ ਲਓ ਤੁਸੀਂ। ਤਾਂ ਇਹਨੂੰ ਮਨਾਰਚੀ ਕਿਹਾ ਜਾਂਦਾ, ਉੱਤੇ ਦੇਖੋ ਇਹਨਾਂ ਦੇ ਦੇਸ਼ ਦਾ ਝੰਡਾ। ਔਰ ਬਹੁਤ ਸਾਰੇ ਸੈਲਾਨੀ ਇੱਥੇ ਆਏ ਹੋਏ ਆ, ਤਸਵੀਰਾਂ ਖਿਚਾ ਰਹੇ ਆ। ਇਹਨਾਂ 'ਚੋਂ ਮੇਰੇ ਅੰਦਰ ਵਾਕਿੰਗ ਜਾਂ ਕੁਈਨ ਤਾਂ ਹੈ ਨਹੀਂ, ਪਰ ਇੱਕ ਵਾਰੀ ਫੀਲਿੰਗ ਜ਼ਰੂਰ ਲੈ ਸਕਦੇ ਆ। ਔਰ ਕਿੱਡਾ ਵੱਡਾ ਘਰ ਆ, ਹਾਲਾਂਕਿ ਗਾਰਡ ਆਉਂਦੇ ਆ ਲੇਕਿਨ ਅਸੀਂ ਥੋੜ੍ਹਾ ਲੇਟ ਹੋ ਚੁੱਕੇ ਹਾਂ ਔਰ ਗਾਰਡ ਆ ਕੇ ਜਾ ਚੁੱਕੇ ਆ। ਤਾਂ ਤੁਸੀਂ ਪੂਰਾ ਇੱਕ 360 ਡਿਗਰੀ ਵਿਊ ਦੇਖ ਲਓ। ਪਿੱਛੇ ਸੰਘੇ ਮਰਮਰ ਦੀ ਵੀ ਕੋਈ ਕਲਾਕ੍ਰਿਤੀ ਬਣਾਈ ਹੋਈ ਹੈ, ਉੱਧਰ ਵੀ ਲੋਕ ਜਾ ਰਹੇ ਆ ਤਸਵੀਰਾਂ ਖਿਚਾਉਣ। ਔਰ ਇਸ ਸਮੇਂ ਇਹ ਵੀ ਗੱਲ ਦੱਸ ਦੇਵਾਂ ਕਿ ਲੰਡਨ ਵਿਖੇ 9:45 ਹੋ ਚੁੱਕੇ ਆ। ਤੁਸੀਂ ਦੇਖ ਲਓ ਹਾਲੇ ਵੀ ਚਾਨਣਾ ਹੈ, ਕਾਫੀ ਚਾਨਣਾ। ਤਾਂ ਦੇਖੋ ਕਿਵੇਂ ਗੋਰਾ ਗੋਰੀ ਬਜ਼ੁਰਗ ਜੋੜਾ ਹੱਥ 'ਚ ਹੱਥ ਪਾਈ ਫਿਰਦਾ, ਇਹਨੂੰ ਪਿਆਰ ਦੀ ਭਾਵਨਾ ਕਹਿੰਦੇ ਆ। ਇੱਥੇ ਹਜ਼ਾਰਾਂ ਸੈਲਾਨੀ, ਲੱਖਾਂ ਸੈਲਾਨੀ ਕਹਿ ਲਈਏ, ਹਰ ਸਾਲ ਆਉਂਦੇ ਆ ਬਰਕਿੰਗਮ ਪੈਲਸ ਵਿੱਚ ਦੇ ਸਾਹਮਣੇ ਤਸਵੀਰ ਖਿਚਾਉਣ। ਜਿਵੇਂ ਪੁਰਾਣੀਆਂ ਇਮਾਰਤਾਂ ਸਾਂਭ ਕੇ ਰੱਖਦੇ ਆ, ਇਹ ਬਰਕਿੰਗਮ ਪੈਲਸ ਉਸੇ ਤਰ੍ਹਾਂ। ਦੇਖੋ ਗੱਡੀ ਕਿੰਨੀ ਛੋਟੀ ਹੈ। ਪੁਰਾਣੀਆਂ ਚੀਜ਼ਾਂ ਨੂੰ ਉਹਨਾਂ ਨੂੰ ਬੜਾ ਪਿਆਰ ਆ। ਠੀਕ ਹੈ ਜੀ, ਫਿਰ ਬਹੁਤ ਜਲਦੀ ਮਿਲਦੇ ਆ ਨਵੇਂ ਵਲੌਗ ਨਾਲ ਅਤੇ ਨਵੀਂ ਨਿਊਜ਼ ਨਾਲ।